ਸ਼ੰਭੂ ਬਾਰਡਰ ਤੇ ਇਸ ਵੇਲੇ ਭਾਰੀ ਹੰਗਾਮਾ ਹੋ ਰਿਹਾ, ਜਿੱਥੇ ਇੱਕ ਪਾਸੇ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤਾਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜੇ ਜਾ ਰਹੇ ਨੇ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪੱਥਰ ਦਾ ਬੈਰੀਕੇਡ, ਪੱਥਰ ਦੀ ਸਲੈਬ ਕਹਿ ਦਈਏ ਜਾਂ ਸੀਮੈਂਟ ਦੀ ਸਲੈਬ, ਦੱਸ ਦਈਏ ਕਿ ਇਸ ਨੂੰ ਕਿਸਾਨ ਧੂ ਕੇ ਲੈ ਗਏ ਨੇ। ਤਾਂ ਦੱਸ ਦਈਏ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਇਸ ਤਰੀਕੇ ਦੀਆਂ ਸੀਮੈਂਟ ਦੀਆਂ ਸਲੈਬਾਂ ਲਗਾਈਆਂ ਗਈਆਂ ਸੀ, ਤਾਂ ਕਿਸਾਨਾਂ ਦੇ ਵੱਲੋਂ ਹੁਣ ਸਲੈਬਾਂ ਨੂੰ ਪਾਸੇ ਹਟਾਇਆ ਜਾ ਰਿਹਾ। ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਕਿਸਾਨ ਨੇ ਜਿਹੜੇ ਉਹ ਇਸ ਪੱਥਰ ਦੀ ਸਲੈਬ ਨੂੰ ਧੂ ਕੇ ਲਿਜਾਂਦੇ ਨਜ਼ਰ ਆ ਰਹੇ ਨੇ। ਔਰ ਇਸ ਤੋਂ ਪਹਿਲਾਂ ਵੀ ਜਦੋਂ ਪਹਿਲਾ ਅੰਦੋਲਨ ਹੋਇਆ ਸੀ ਉਸ ਵੇਲੇ ਵੀ ਬੈਰੀਕੇਡ ਕਿਸਾਨਾਂ ਨੇ ਇਸੇ ਤਰੀਕੇ ਨਾਲ ਪੁੱਟੇ ਸੀ, ਸਲੈਬਾਂ ਨੂੰ ਇਸੇ ਤਰ੍ਹਾਂ ਧੂ ਕੇ ਲੈ ਕੇ ਗਏ ਸੀ। ਤਾਂ ਦੱਸ ਦਈਏ ਕਿ ਡਰੋਨ ਦੇ ਜ਼ਰੀਏ ਜਿੱਥੇ ਇੱਕ ਪਾਸੇ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ, ਤਾਂ ਦੂਜੇ ਪਾਸੇ ਬੈਰੀਕੇਡਾਂ ਨੂੰ ਇੱਕ ਪਾਸੇ ਹਟਾਇਆ ਜਾ ਰਿਹਾ। ਕਿਸਾਨ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਚੁੱਕੇ ਨੇ, ਜਿਨ੍ਹਾਂ ਦੇ ਵੱਲੋਂ ਪੱਥਰਾਂ ਨੂੰ ਹਟਾਇਆ ਜਾ ਰਿਹਾ, ਬੈਰੀਕੇਡਾਂ ਨੂੰ ਚੁੱਕਿਆ ਜਾ ਰਿਹਾ, ਤਾਂ ਦੂਜੇ ਪਾਸੇ ਹਰਿਆਣਾ ਪੁਲਿਸ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਡਰੋਨ ਦੇ ਜ਼ਰੀਏ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਸੀਮੈਂਟ ਦੀ ਸਲੈਬ ਆ ਜਿਹੜੀ ਉਸਨੂੰ ਧੂ ਕੇ ਲੈ ਗਏ ਕਿਸਾਨ, ਔਰ ਕਿਸਾਨਾਂ ਦਾ ਜੋਸ਼ ਤੇ ਹੋਸ਼ ਹੁਲਾਰੇ ਮਾਰਦਾ ਨਜ਼ਰ ਆ ਰਿਹਾ। ਲਗਾਤਾਰ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ, ਕਿਸਾਨ ਖੇਤਾਂ ਵਿੱਚੋਂ ਦੀ ਹਰਿਆਣਾ ਪਹੁੰਚ ਰਹੇ ਨੇ।